ਅੰਮ੍ਰਿਤਸਰ ਸਾਹਿਬ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਮਜ਼ਦੂਰ ਦੀ ਟਰੈਕਟਰ ਨਾਲ ਬੰਨ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਜ਼ਦੂਰ ਨੂੰ ਟਰੈਕਟਰ ਨਾਲ ਬੰਨ ਕੇ ਕੁੱਟਿਆ ਜਾ ਰਿਹਾ। ਸੂਤਰਾਂ ਅਨੁਸਾਰ ਮਜ਼ਦੂਰ ਦੀ ਕੁੱਟਮਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਲੰਬੀ ਢਾਬ ਦੀ ਹੈ, ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਮਜ਼ਦੂਰ ਨੂੰ ਟਰੈਕਟਰ ਨਾਲ ਬੰਨ ਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਵਿਅਕਤੀਆਂ ਵੱਲੋਂ ਲਗਾਤਾਰ ਮਜ਼ਦੂਰ ਦੇ ਥੱਪੜ ਵੀ ਮਾਰੇ ਜਾ ਰਹੇ ਨੇ ਅਤੇ ਮੂੰਹ ਨੂੰ ਕੱਪੜੇ ਨਾਲ ਬੰਨਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਕਾਰਵਾਈ ਲਈ ਕਿਹਾ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਜਸਿਆਣਾ ਨੇ ਮਜ਼ਦੂਰ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ, ਤਾਂ ਕਿ ਭਵਿੱਖ ਵਿੱਚ ਕਿਸੇ ਵੀ ਮਜ਼ਦੂਰ ਨਾਲ ਕੋਈ ਅਜਿਹਾ ਵਰਤਾਓ ਨਾ ਕਰ ਸਕੇ। ਭਲਾਈ ਵਾਸਤੇ ਐਸੀ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ, ਉਹਦੇ ਚੇਅਰਮੈਨ ਸ੍ਰੀ ਵਿਜੇ ਸਾਬਲਾ ਜੀ ਨੇ ਪਿਛਲੇ 5 ਮਹੀਨਿਆਂ ਤੋਂ ਚੇਅਰਮੈਨ ਬਣੇ ਨੇ। ਉਹ ਸਾਰੇ ਸਾਹਮਣੇ ਮਿਸਾਲ ਹੈ ਕਿ ਜਗ੍ਹਾ ਜਗ੍ਹਾ ਜਾ ਕੇ ਐਸੀ ਵਰਗ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਹੱਕ ਦਿਵਾਉਣ ਵਾਸਤੇ, ਉਹਨਾਂ ਦੇ ਅਤਿਆਚਾਰ ਨੂੰ ਰੋਕਣ ਵਾਸਤੇ ਹਰ ਸੰਭਵ ਯਤਨ ਕਰ ਰਹੇ। ਸਰ, ਇਹਦੇ ਵਿੱਚ ਫਸਟ ਸਟੈਪ ਕੀ ਕਰੋਗੇ ਤੁਸੀਂ? ਕਿਹਦੇ ਨਾਲ ਸੰਪਰਕ ਕੀਤਾ ਜਾਊਗਾ ਜਦੋਂ ਤੁਹਾਨੂੰ ਕੰਪਲੇਂਟ ਮਿਲ ਗਈ? ਤੁਸੀਂ ਕੰਪਲੇਂਟ ਸੈਂਡ ਕਰੋਗੇ, ਵਿਦਿਨ 5 ਮਿੰਟਾਂ ਬਾਅਦ DGP ਪੰਜਾਬ ਨਾਲ ਗੱਲ ਕੀਤੀ ਜਾਵੇਗੀ, ਸਾਬਕਾ ਜੀ ਔਰ DGP ਸਾਹਿਬ ਨਾਲ ਗੱਲ ਕਰਨਗੇ। ਇਹਨਾਂ ਦੇ ਨੀਚੇ ਡਾਇਰੈਕਟਰ ਸਾਹਿਬ ਜਿਹੜੇ ਹੈਗੇ ਨੇ RO ਨੇ, ਉਹ SSP ਮੁਕਤਸਰ ਨਾਲ ਗੱਲ ਕਰਕੇ ਇਮੀਡੀਏਟਲੀ ਐਕਸ਼ਨ ਲਿਆ ਜਾਵੇ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਥੈਂਕ ਯੂ। ਮੁਕਤਸਰ ਦੇ ਨਾਲ ਲੱਗੇ ਜੀ, ਲੰਬੀ ਢਾਬ ਮੁਕਤਸਰ ਪਿੰਡ ਜੀ, ਸਿਰਫ 2 ਕਿਲੋਮੀਟਰ ਮੁਕਤਸਰ ਤੋਂ। ਇੱਥੇ ਮਜ਼ਹਬੀ ਸਿੱਖ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਨਿੱਕਾ ਸਿੰਘ ਪੁੱਤਰ ਹਾਕਮ ਸਿੰਘ, ਹਾਂ, ਉਹਦੇ ਭੱਠਾ ਮਾਲਕ ਦੀ ਸ਼ਹਿ ਅਤੇ ਜਿਹੜੇ ਉਹਦੇ ਕਰਿੰਦੇ ਆ ਮਨੀਮ, ਉਹਨਾਂ ਨੇ ਕੁੱਟਮਾਰ ਕੀਤੀ ਟਰੈਕਟਰ ਦੇ ਨਾਲ ਬੰਨ੍ਹ ਕੇ ਕੱਪੜੇ ਲਾ ਕੇ ਬੇਇੱਜ਼ਤ ਕੀਤਾ ਉਹਨੂੰ, ਜਾਤੀ ਅਪਸ਼ਬਦ ਵੀ ਵਰਤੇ ਆ। ਹਾਂ, ਇਹ ਭੱਠਾ ਹੈਗਾ ਮੁਕਤਸਰ ਤੋਂ, ਇਹ ਪੁਲਿਸ ਮਜ਼ਦੂਰ ਡਰਦਾ ਮਰ ਰਹੇ ਨੇ ਵਿਚਾਰੇ ਨੇ, ਕੋਈ ਵੀ ਮੇਰੀ ਬੇਇੱਜ਼ਤੀ ਨਾ ਹੋ ਜਾਵੇ ਜਾਂ ਮੈਨੂੰ ਪੈਸੇ ਨਹੀਂ ਦੇਣੇ। ਉਹਨੇ ਕਾਰਵਾਈ ਨਹੀਂ ਕਰਵਾਈ ਸੀ, ਇਹ ਕੁਝ ਦਿਨ ਪਹਿਲਾਂ ਦੀ ਗੱਲ ਆ, ਕੁਝ ਦਿਨ ਪਹਿਲਾਂ, ਇਹ ਲਗਭਗ 15-20 ਦਿਨ ਕਹਿ ਸਕਦੇ ਹਾਂ ਪਹਿਲਾਂ ਦੀ ਗੱਲ ਆ। ਵੀਡੀਓ ਵਾਇਰਲ ਉਹਨਾਂ ਨੇ ਆਪ ਖੁਦ ਕੀਤੀ ਆ ਮਾਲਕਾਂ ਨੇ, ਹਾਂ, ਵੀਡੀਓ ਵਾਇਰਲ ਆ ਜੀ ਗ੍ਰਾਮ ਜਿਹੜਾ ਹੈ ਚੈਨਲ ਆ ਇੰਸਟਾਗ੍ਰਾਮ, ਉਹਨਾਂ ਨੇ ਆਪ ਵੀਡੀਓ ਕੀ ਆ ਵਾਇਰਲ ਕੀਤੀ ਆ ਇਹ ਰਾਤ ਜਦੋਂ ਵੀਰ ਵਾਇਰਲ ਹੋਈ ਆ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਕਾਰਵਾਈ ਕਰੇ, ਜਿਹੜੀਆਂ ਬਣਦੀਆਂ ਧਰਾਵਾਂ ਉਹਦੇ ਤਹਿਤ ਮਾਮਲਾ ਦਰਜ ਹੋਵੇ, ਭੱਠਾ ਮਾਲ 'ਤੇ ਵੀ ਐਸੀ ਐਕਟ ਲੱਗਣਾ ਚਾਹੀਦਾ। ਸਰ, ਠੀਕ, ਮਾਮਲੇ ਦੇ ਵਿੱਚ ਪੀੜਤ ਧਿਰਾਂ ਨੂੰ ਇਨਸਾਫ ਦਿਵਾਉਣ ਲਈ ਨੈਸ਼ਨਲ ਐਸੀ ਕਮਿਸ਼ਨ ਵੱਲੋਂ ਕੁਛ ਕੀਤਾ? ਭਲਾਈ ਵਾਸਤੇ ਐਸੀ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ, ਉਹਦੇ ਚੇਅਰਮੈਨ ਸ੍ਰੀ ਵਿਜੇ ਸਾਬਲਾ ਜੀ ਨੇ ਪਿਛਲੇ 5 ਮਹੀਨਿਆਂ ਤੋਂ ਚੇਅਰਮੈਨ ਬਣੇ ਨੇ। ਉਹ ਸਾਰੇ ਸਾਹਮਣੇ ਮਿਸਾਲ ਹੈ ਕਿ ਜਗ੍ਹਾ ਜਗ੍ਹਾ ਜਾ ਕੇ ਐਸੀ ਵਰਗ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਹੱਕ ਦਿਵਾਉਣ ਵਾਸਤੇ, ਉਹਨਾਂ ਦੇ ਅਤਿਆਚਾਰ ਨੂੰ ਰੋਕਣ ਵਾਸਤੇ ਹਰ ਸੰਭਵ ਯਤਨ ਕਰ ਰਹੇ। ਸਰ, ਇਹਦੇ ਵਿੱਚ ਫਸਟ ਸਟੈਪ ਕੀ ਕਰੋਗੇ ਤੁਸੀਂ? ਕਿਹਦੇ ਨਾਲ ਸੰਪਰਕ ਕੀਤਾ ਜਾਊਗਾ ਜਦੋਂ ਤੁਹਾਨੂੰ ਕੰਪਲੇਂਟ ਮਿਲ ਗਈ? ਤੁਸੀਂ ਕੰਪਲੇਂਟ ਸੈਂਡ ਕਰੋਗੇ, ਵਿਦਿਨ 5 ਮਿੰਟਾਂ ਬਾਅਦ DGP ਪੰਜਾਬ ਨਾਲ ਗੱਲ ਕੀਤੀ ਜਾਵੇਗੀ, ਸਾਬਕਾ ਜੀ ਔਰ DGP ਸਾਹਿਬ ਨਾਲ ਗੱਲ ਕਰਨਗੇ। ਇਹਨਾਂ ਦੇ ਨੀਚੇ ਡਾਇਰੈਕਟਰ ਸਾਹਿਬ ਜਿਹੜੇ ਹੈਗੇ ਨੇ RO ਨੇ, ਉਹ SSP ਮੁਕਤਸਰ ਨਾਲ ਗੱਲ ਕਰਕੇ ਇਮੀਡੀਏਟਲੀ ਐਕਸ਼ਨ ਲਿਆ ਜਾਵੇ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ। ਉਧਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਦਿਹਾਤੀ ਮਜ਼ਦੂਰ ਸਭਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਮਜ਼ਦੂਰ ਦੀ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ੍ਰੀ ਮੁਕਤਸਰ ਸਾਹਿਬ ਤੋਂ PBC ਨਿਊਜ਼ ਲਈ ਬਿਊਰੋ ਰਿਪੋਰਟ।